बिस्मिल्लाहिर्रहमानिर्रहीम, अस्सलाम वालेकुम। आज बनावांगे दाल माश ढाबा स्टाइल, बिल्कुल बहुत ही मज़े दी ते आसान जी रेसिपी, बिल्कुल ओरिजिनल रेसिपी थोड़ा दवांगे। ते थोन वीडियो चंगी लगे ते लाइक ते शेयर जरूर करे जे, चैनल ते नवे ते चैनल नू सबसक्राइब करके जाए जे, नाल बैल आइकन नू जरूर प्रेस कराए ताकि आने वाली वीडियोज़ का नोटिफिकेशन थोड़े तक आसानी नाल पहुँच सके। मेरे बाकी ते चैनल का भी विजिट करो, थोन वीडियोज़ अच्छी लगन ते जरूर उन्होंने लाइक करो शेयर करो। चलो देखते हैं कि आप इनू किस तरह बनाया। सब तो पहले दाल माश ले रही है, तकरीबन अधे एक घंटे वास्ते मैं भिगो दिता सीगा। देखो थोड़ी जी नरम होगी भिगोण दे नाल, अच्छे तरीके नाल इहनू धो के ते फिर इहनू भिगो देना वा। तुसीं अद्धा किलो दाल माश सीगी हुण इहनू आपां बर्तन दे विच ट्रांसफर कर लिया वा। हुण इहदे विच पानी शामिल करांगे, इन्ना कु पानी शामिल करना वा कि इह डिप हो जावे उहदे विच, ते बहुत ज़्यादा आपां इहनू बॉयल नहीं देना। वीडियो जे तुसीं चाहुंदे हो कि तुहाडी वी रेसिपी बहुत ज़बरदस्त बने ते वीडियो तुसीं कितों वी स्किप नहीं करना, ਸਾਰੀ ਟਿਪਸ ਅਤੇ ਟ੍ਰਿਕਸ ਤੁਹਾਨੂੰ ਦੱਸਾਂਗੇ। ਪਾਣੀ ਸ਼ਾਮਿਲ ਕਰ ਦਿੱਤਾ ਵਾ, ਸਿਰਫ ਇੰਨਾ ਹੀ ਪਾਣੀ ਸ਼ਾਮਿਲ ਕਰਨਾ ਕਿ ਦਾਲ ਜਿਹੜੀ ਇਹਦੇ ਵਿੱਚ ਡਿਪ ਹੋ ਜਾਵੇ। ਕੋਈ ਇਹਦੇ ਵਿੱਚ ਹੋਰ ਆਪਾਂ ਕੋਈ ਚੀਜ਼ ਵੀ ਸ਼ਾਮਿਲ ਨਹੀਂ ਕਰਨੀ, ਨਾ ਕੋਈ ਨਮਕ ਵਗੈਰਾ, ਨਾ ਕੋਈ ਬੜੀ ਇਲਾਇਚੀ, ਕੋਈ ਚੀਜ਼ ਸ਼ਾਮਿਲ ਨਹੀਂ ਕਰਨੀ। ਅਤੇ ਦਾਲ ਨੂੰ ਆਪਾਂ ਇਹ ਦੇਖੋ ਬੋਇਲ ਕਰ ਲਿਆ ਵਾ, ਤੁਹਾਨੂੰ ਚੈੱਕ ਕਰਵਾਉਂਦੀ ਹਾਂ। ਦਾਲ ਨੂੰ ਆਪਾਂ ਨਾ 80% ਤੱਕ ਬੋਇਲ ਕਰਨਾ ਵਾ, ਬਹੁਤ ਜ਼ਿਆਦਾ ਇਹਨੂੰ ਬੋਇਲ ਨਹੀਂ ਕਰਨਾ, ਤਕਰੀਬਨ 80% ਬੋਇਲ ਕਰਨੀ ਹੈ। ਬਿਲਕੁਲ ਅੱਛੇ ਤਰੀਕੇ ਨਾਲ ਬੋਇਲਿੰਗ ਦੇ ਵਿੱਚ ਜੇ ਤੁਸੀਂ ਗਲਾ ਲਉਂਗੇ ਤਾਂ ਬਾਅਦ ਦੇ ਵਿੱਚ ਤੁਹਾਡੀ ਦਾਲ ਜਿਹੜੀ ਉਹਦਾ ਟੇਸਟ ਅੱਛਾ ਨਹੀਂ ਬਣੇਗਾ, ਕਿਉਂਕਿ ਦਾਲ ਮਾਸ਼ ਜਿਹੜੀ ਹੁੰਦੀ ਆ ਇਹਨੂੰ ਬਿਲਕੁਲ ਅੱਛੇ ਤਰੀਕੇ ਨਾਲ ਗਲਾਇਆ ਨਹੀਂ ਜਾਂਦਾ। ਇਹ ਥੋੜ੍ਹੀ ਜਿਹੀ ਖੜੀ ਖੜੀ ਹੀ ਅੱਛੀ ਲੱਗਦੀ ਆ, ਇੰਨੀ ਵੀ ਖੜੀ ਨਹੀਂ ਰੱਖਣੀ ਕਿ ਬਿਲਕੁਲ ਤੁਸੀਂ ਉਹਨੂੰ ਕੱਚੀ ਰੱਖੋ। ਅਤੇ ਬਸ ਇੰਨੀ ਤੁਹਾਨੂੰ ਦਿਖਾਇਆ ਵਾ ਕਿ ਇੰਨਾ ਕੁ ਦਾਣਾ ਤੁਹਾਡਾ ਦਾਲ ਦਾ ਗਲਿਆ ਹੋਣਾ ਚਾਹੀਦਾ ਵਾ, ਅਤੇ ਪਾਣੀ ਉਹਦਾ ਜਿਹੜਾ ਵਾ ਡਰਾਈ ਕਰ ਲਵੋ। ਹੁਣ ਉਹਨੂੰ ਕੱਢ ਲਓ ਕਿਸੇ ਜਾਲੀ ਦੀ ਟੋਕਰੀ ਵਗੈਰਾ ਦੇ ਵਿੱਚ, ਪਾਣੀ ਨਿਕਲ ਜਾਏਗਾ। ਅਤੇ ਹੁਣ ਬਾਕੀ ਆਪਾਂ ਬਰਤਨ ਨੂੰ ਦੁਬਾਰਾ ਉਸੇ ਬਰਤਨ ਨੂੰ ਸਾਫ਼ ਕਰ ਲਓ ਜਾਂ ਬੇਸ਼ੱਕ ਹੋਰ ਬਰਤਨ ਲੈ ਲਓ। ਘੀ ਸ਼ਾਮਿਲ ਕਰ ਦਿੱਤਾ ਵਾ 1 ਕੱਪ, 1 ਕੱਪ ਬਿਲਕੁਲ ਜੰਮਿਆ ਹੋਇਆ ਘੀ ਸੀਗਾ। ਜੇ 1 ਕੱਪ ਘੀ ਤੁਹਾਡਾ ਪਿਘਲਿਆ ਹੋਇਆ ਹੋਵੇ ਜਾਂ ਆਇਲ ਵਗੈਰਾ ਤੁਸੀਂ ਇਸਤੇਮਾਲ ਕਰਨਾ ਵਾ, ਅਤੇ ਉਹ ਫਿਰ ਤੁਸੀਂ 1.5 ਤੋਂ ਪੌਣੇ 2 ਕੱਪ ਦੇ ਦਰਮਿਆਨ ਲੈਣਾ ਵਾ। ਅਤੇ ਇਹ ਮੇਰੇ ਕੋਲ ਜੰਮਿਆ ਹੋਇਆ ਘੀ ਸੀਗਾ ਅਤੇ ਪੂਰਾ ਮੈਂ 1 ਕੱਪ ਮੇਜ਼ਰਮੈਂਟ ਕਰਕੇ ਲਿਆ ਵਾ, ਅਤੇ ਕਿਉਂਕਿ ਜਦੋਂ ਪਿਘਲਦਾ ਵਾ ਘੀ ਅਤੇ ਘੀ ਜ਼ਿਆਦਾ ਹੋ ਜਾਂਦਾ ਵਾ, ਇਸ ਚੀਜ਼ ਦਾ ਥੋੜ੍ਹਾ ਜਿਹਾ ਖਿਆਲ ਰੱਖਿਆ ਕਰੋ। ਘੀ ਨੂੰ ਗਰਮ ਕਰ ਲਾਂਗੇ। ਅਤੇ ਅੱਜ ਦੀ ਦਾਲ ਮਾਸ਼ ਦੀ ਖਾਸ ਗੱਲ ਇਹ ਵਾ ਕਿ ਇਹਨੂੰ ਆਪਾਂ ਪਿਆਜ਼ ਤੋਂ ਬਗੈਰ ਬਣਾਉਣਾ ਵਾ, ਬਹੁਤ ਹੀ ਮਜ਼ੇ ਦੀ ਬਣੇਗੀ ਬਗੈਰ ਪਿਆਜ਼ ਦੇ। ਬਿਲਕੁਲ ਢਾਬਾ ਸਟਾਈਲ ਦਾਲ ਮਾਸ਼ ਫਰਾਈ ਆਪਾਂ ਬਣਾ ਰਹੇ ਹਾਂ, ਇਸ ਲਈ ਤੁਸੀਂ ਵੀਡੀਓ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਣਾ, ਵੀਡੀਓ ਨੂੰ ਫੁੱਲ ਵਾਚ ਕਰਨਾ ਵਾ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਜ਼ਬਰਦਸਤ ਜਿਹੀ ਦਾਲ ਜਿਹੜੀ ਆ ਸਾਰੇ ਪਸੰਦ ਕਰਨ, ਘਰ ਦੇ ਵਿੱਚ 2 ਚਮਚ ਲਸਣ ਅਦਰਕ ਫਰੈਸ਼ ਕੁੱਟਿਆ ਹੋਇਆ ਮੈਂ ਸ਼ਾਮਿਲ ਕਰ ਦਿੱਤਾ ਵਾ। ਘੀ ਜਦੋਂ ਗਰਮ ਹੋ ਗਿਆ, ਬਹੁਤ ਜ਼ਿਆਦਾ ਫੁੱਲ ਗਰਮ ਨਹੀਂ ਘੀ ਨੂੰ ਕਰਨਾ, ਨੋਰਮਲ ਜਿਹਾ ਗਰਮ ਕਰਕੇ ਇਹਦੇ ਵਿੱਚ ਲਸਣ ਅਤੇ ਅਦਰਕ ਜਿਹੜਾ ਵਾ ਨਾ ਕੁੱਟਿਆ ਹੋਇਆ ਆਪਾਂ ਸ਼ਾਮਿਲ ਕਰ ਦਿਆਂਗੇ। ਅਤੇ ਮੀਡੀਅਮ ਫਲੇਮ 'ਤੇ ਹੀ ਇਹਨੂੰ ਆਪਾਂ ਜਿਹੜਾ ਵਾ ਨਾ ਫਰਾਈ ਕਰਾਂਗੇ। ਜੇ ਫਲੇਮ ਥੋੜ੍ਹਾ ਜ਼ਿਆਦਾ ਤੇਜ਼ ਹੋਏਗਾ ਅਤੇ ਜਿਹੜਾ ਵਾ ਤੁਹਾਡਾ ਜਿਹੜਾ ਨਾ ਲਸਣ ਅਤੇ ਅਦਰਕ ਆ ਇਹ ਜ਼ਿਆਦਾ ਜਲ ਜਾਏਗਾ ਫੌਰਨ ਨਾਲ, ਅਤੇ ਟੇਸਟ ਅੱਛੇ ਤਰੀਕੇ ਨਾਲ ਇਹਦਾ ਨਹੀਂ ਨਿਕਲੇਗਾ। ਇਸ ਲਈ ਮੀਡੀਅਮ ਫਲੇਮ ਰੱਖਣਾ ਵਾ, ਅਤੇ ਫੁੱਲ ਜ਼ਿਆਦਾ ਗਰਮ ਘੀ ਦੇ ਵਿੱਚ ਤੁਸੀਂ ਇਹਨੂੰ ਪਹਿਲੇ ਸ਼ਾਮਿਲ ਨਹੀਂ ਕਰ ਦੇਣਾ, ਇਹਦਾ ਕੱਚਾਪਨ ਖਤਮ ਕਰਾਂਗੇ। ਇਹ ਦੇਖੋ ਮਾਸ਼ਾਅੱਲਾ ਤਕਰੀਬਨ ਡਨ ਹੋ ਗਿਆ ਵਾ ਲਸਣ ਅਤੇ ਅਦਰਕ। ਅਤੇ ਹੁਣ ਇਹਦੇ ਵਿੱਚ ਹੈ ਮੇਰੇ ਕੋਲ 4 ਟਮਾਟਰ ਸੀ ਮੀਡੀਅਮ ਸਾਈਜ਼ ਦੇ, ਥੋੜ੍ਹਾ ਜਿਹਾ ਪਾਣੀ ਪਾ ਕੇ ਅਤੇ ਇਹਨਾਂ ਨੂੰ ਮੈਂ ਬਲੈਂਡ ਕਰ ਲਿਆ ਸੀ। ਬਿਸਮਿਲ੍ਲਾਹਿਰ੍ਰਹਮਾਨਿਰ੍ਰਹੀਮ, ਇਹਨਾਂ ਨੂੰ ਪਾ ਦਿਆਂਗੇ ਇਸ ਆਪਾਂ ਲਸਣ ਅਦਰਕ ਵਾਲੇ ਮਸਾਲੇ ਦੇ ਵਿੱਚ, ਅਤੇ ਇਹਦਾ ਥੋੜ੍ਹਾ ਜਿਹਾ ਪਾਣੀ ਖੁਸ਼ ਕਰਾਂਗੇ ਟਮਾਟਰਾਂ ਦਾ।
ਸਟੈਪ ਬਾਏ ਸਟੈਪ ਫੁੱਲ ਰੈਸਪੀ ਤੁਹਾਨੂੰ ਦੇ ਰਹੀ ਹਾਂ, ਅਤੇ ਇਸ ਲਈ ਤੁਸੀਂ ਵੀਡੀਓ ਨੂੰ ਜਿਹੜਾ ਵਾ ਨਾ ਬਿਲਕੁਲ ਵੀ ਸਕਿਪ ਨਹੀਂ ਕਰਨਾ, ਅਤੇ ਮੈਂ ਕੋਸ਼ਿਸ਼ ਕੀਤੀ ਆ ਕਿ ਕੋਈ ਵੀ ਸਟੈਪ ਜਿਹੜਾ ਮਿਸ ਨਾ ਕਰ ਹੋਵੇ। ਮਸਾਲਾ ਆਪਣਾ ਜਿਹੜਾ ਵਾ ਬਿਲਕੁਲ ਡਨ ਹੋ ਗਿਆ ਵਾ। ਹੁਣ ਆਪਾਂ ਇਹਦੇ ਵਿੱਚ ਬਾਕੀ ਦੇ ਮਸਾਲੇ ਸ਼ਾਮਿਲ ਕਰਾਂਗੇ। ਅੱਧਾ ਚਮਚ ਹਲਦੀ ਸ਼ਾਮਿਲ ਕਰ ਦਿੱਤੀ ਆ, ਸੁਰਖ ਮਿਰਚ ਸ਼ਾਮਿਲ ਕਰਾਂਗੇ 1 ਚਮਚ ਫੁੱਲ ਭਰ ਕੇ। ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਮਿਰਚ ਨੂੰ ਥੋੜ੍ਹੀ ਕਮ ਜ਼ਿਆਦਾ ਵੀ ਕਰ ਸਕਦੇ ਹੋ। 1 ਚਮਚ ਇਹਦੇ ਵਿੱਚ ਸੁੱਕਾ ਧਨੀਆ ਸ਼ਾਮਿਲ ਕਰ ਦਿਆਂਗੇ ਕੁੱਟਿਆ ਹੋਇਆ। ਇਹਨੂੰ ਤੁਸੀਂ ਫਰੈਸ਼ ਕੁੰਡੀ ਦੇ ਵਿੱਚ ਕੁੱਟ ਕੇ ਸ਼ਾਮਿਲ ਕਰਨਾ ਚਾਹੋ ਤਾਂ ਸ਼ਾਮਿਲ ਕਰ ਸਕਦੇ ਹੋ, ਜਾਂ ਫਿਰ ਜੇ ਤੁਸੀਂ ਇਹਨੂੰ ਪਹਿਲੇ ਪੀਸ ਕੇ ਰੱਖਦੇ ਹੋ ਨਾ ਤਾਂ ਬਹੁਤ ਜ਼ਿਆਦਾ ਬਾਰੀਕ ਪਾਊਡਰ ਨਾ ਕਰਿਆ ਕਰੋ। ਜਿਹੜਾ ਧਨੀਆ ਵਾ ਉਹ ਥੋੜ੍ਹਾ ਦਰਦਰਾ ਜਿਹਾ ਹੀ ਅੱਛਾ ਲੱਗਦਾ ਵਾ। ਅਤੇ 1/2 ਚਮਚ ਇਹਦੇ ਵਿੱਚ ਨਾ ਭੁੰਨਿਆ ਕੁੱਟਿਆ ਜ਼ੀਰਾ ਸ਼ਾਮਿਲ ਕਰ ਦਿੱਤਾ ਵਾ। ਮਿਕਸ ਕਰ ਲਾਂਗੇ ਅੱਛੇ ਤਰੀਕੇ ਨਾਲ, ਇਹਨਾਂ ਨੂੰ ਅੱਛੇ ਤਰੀਕੇ ਨਾਲ ਭੁੰਨਾਂਗੇ ਹਰ ਮਸਾਲੇ ਨੂੰ। ਅਤੇ ਨਮਕ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਸ਼ਾਮਿਲ ਕਰ ਲਓ, 1/2 ਚਮਚ ਨਮਕ ਦਾ ਸ਼ਾਮਿਲ ਕਰ ਦਿੱਤਾ। ਮਸਾਲਾ ਅੱਛੇ ਤਰੀਕੇ ਦੇ ਨਾਲ ਆਪਣਾ ਡਨ ਹੋ ਗਿਆ, ਦੇਖੋ ਕਿੰਨਾ ਜ਼ਬਰਦਸਤ ਮਸਾਲਾ ਭੁੰਨ ਲਿਆ ਵਾ। ਅਤੇ ਹੁਣ ਇਹਦੇ ਵਿੱਚ ਆਪਾਂ ਦਾਲ ਮਾਸ਼ ਸ਼ਾਮਿਲ ਕਰ ਦਾਂਗੇ ਜਿਹੜੀ ਆਪਾਂ ਬੋਇਲ ਕਰਕੇ ਰੱਖੀ ਸੀਗੀ। ਇਨ ਕੇਸ ਜੇ ਤੁਹਾਡੀ ਦਾਲ ਮਾਸ਼ ਬਹੁਤ ਜ਼ਿਆਦਾ ਗਲ ਜਾਵੇ ਤੁਹਾਡੇ ਕੋਲ ਬੋਇਲਿੰਗ ਦੇ ਦੌਰਾਨ, ਤਾਂ ਤੁਸੀਂ ਪਰੇਸ਼ਾਨ ਨਹੀਂ ਹੋਣਾ, ਫਿਰ ਤੁਸੀਂ ਇਸ ਤਰ੍ਹਾਂ ਕਰਨਾ ਵਾ ਕਿ ਉਹਦੇ ਉੱਪਰ ਬਿਲਕੁਲ ਯਕ ਠੰਡਾ ਪਾਣੀ ਪਾ ਦਿਓ ਤਾਂ ਕਿ ਉਹ ਥੋੜ੍ਹੀ ਜਿਹੀ ਸਟੇਬਲ ਹੋ ਜਾਵੇ। ਅਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਜਦੋਂ ਮਸਾਲੇ 'ਚ ਪਾਓ ਤਾਂ ਬਹੁਤ ਜ਼ਿਆਦਾ ਨਾ ਗਲ ਜਾਵੇ। ਥੋੜ੍ਹੀਆਂ ਜਿਹੀਆਂ ਸਬਜ਼ ਮਿਰਚਾਂ 5 ਤੋਂ 6 ਬਾਰੀਕ ਕੱਟੀਆਂ ਹੋਈਆਂ ਸ਼ਾਮਿਲ ਕਰਤੀਆਂ ਮਸਾਲੇ ਵਿੱਚ, ਅਤੇ ਹੁਣ ਜਿਹੜੀ ਦਾਲ ਮਾਸ਼ ਆਪਣੀ ਆ ਉਹ ਮੈਂ ਸ਼ਾਮਿਲ ਕਰ ਦਿੱਤੀ ਹੈ। ਦਾਲ ਮਾਸ਼ ਨੂੰ ਬਿਲਕੁਲ ਤੁਸੀਂ ਖਿਆਲ ਦੇ ਨਾਲ ਬੋਇਲ ਕਰਨਾ ਵਾ। ਅਤੇ ਇਹ ਟਿਪ ਜਿਹੜੀ ਹੈ ਤੁਹਾਨੂੰ ਮੈਂ ਠੰਡਾ ਪਾਣੀ ਪਾਉਣ ਵਾਲੀ ਇਸ ਕੇਸ 'ਚ ਦੱਸੀ ਆ ਕਿ ਜੇ ਤੁਹਾਡਾ ਬਿਲਕੁਲ ਜ਼ਿਆਦਾ ਬੋਇਲ ਹੋ ਜਾਵੇ ਤਾਂ ਕੋਸ਼ਿਸ਼ ਤੁਸੀਂ ਇਹ ਕਰਨੀ ਆ ਕਿ ਬਿਲਕੁਲ ਅੱਛੇ ਤਰੀਕੇ ਨਾਲ ਉਹਨੂੰ ਬੋਇਲ ਕਰਨਾ ਨਹੀਂ ਗਾ। ਬਿਲਕੁਲ ਵੀ ਜੇ ਅੱਛੀ ਤਰੀਕੇ ਨਾਲ ਤੁਸੀਂ ਉਹਨੂੰ ਬੋਇਲ ਕਰ ਲਓਗੇ ਤਾਂ ਟੇਸਟ ਉਹ ਨਹੀਂ ਬਣੇਗਾ ਦਾਲ ਦਾ ਜਿਹੜਾ ਤੁਸੀਂ ਬਣਾਉਣਾ ਚਾਹ ਰਹੇ ਹੋ, ਕਿਉਂਕਿ ਦਾਲ ਮਾਸ਼ ਜਿਹੜੀ ਆ ਥੋੜ੍ਹੀ ਖੜੀ ਖੜੀ ਹੀ ਪਸੰਦ ਕੀਤੀ ਜਾਂਦੀ ਆ। ਮਿਕਸ ਕਰ ਲਾਂਗੇ ਅੱਛੇ ਤਰੀਕੇ ਨਾਲ, ਅਤੇ ਤਕਰੀਬਨ 4 ਤੋਂ 5 ਮਿੰਟ ਵਾਸਤੇ ਇਹਦੀ ਬੁਣਾਈ ਕਰਾਂਗੇ। ਬੁਣਾਈ ਤੁਸੀਂ ਇਹਦੀ ਜ਼ਰੂਰ ਕਰਨੀ ਹੈ, ਜੇ ਤੁਹਾਨੂੰ ਲੱਗੇ ਕਿ ਦਾਲ ਜਿਹੜੀ ਆ ਨੀਚੇ ਚਿਪਕ ਰਹੀ ਹੈ ਤਾਂ ਥੋੜ੍ਹਾ ਥੋੜ੍ਹਾ ਪਾਣੀ ਦਾ ਛਿੱਟਾ ਲਾ ਕੇ ਵੀ ਬੁਣਾਈ ਕਰ ਸਕਦੇ ਹੋ। ਲੇਕਿਨ ਮੇਰੀ ਦਾਲ ਬਿਲਕੁਲ ਵੀ ਚਿਪਕੀ ਨਹੀਂ ਸੀ, ਮੈਂ ਇਹਨੂੰ 4 ਤੋਂ 5 ਮਿੰਟ ਵਾਸਤੇ ਅੱਛੇ ਤਰੀਕੇ ਦੇ ਨਾਲ ਭੁੰਨ ਲਿਆ ਵਾ। ਅਤੇ ਹੁਣ ਇਹਦੇ ਵਿੱਚ 1 ਕੱਪ ਪਾਣੀ ਦਾ ਸ਼ਾਮਿਲ ਕਰ ਦਿੱਤਾ ਵਾ, ਕਿਉਂਕਿ ਆਪਾਂ ਥੋੜ੍ਹੀ ਜਿਹੀ ਕਸਰ ਜਿਹੜੀ ਦਾਲ 'ਚ ਛੱਡੀ ਸੀਗੀ ਤਾਂ ਕਿ ਉਹ ਵੀ ਡਨ ਹੋ ਜਾਵੇ। ਅਤੇ ਹੁਣ ਵੀ ਇਹਨੂੰ ਆਪਾਂ ਬਿਲਕੁਲ ਹੀ ਗਲਾ ਲੈਣਾ ਪਾਣੀ ਦਾ ਸਿੱਟਾ ਲਾ ਕੇ, 1 ਕੱਪ ਪਾਣੀ ਦਾ ਲਾ ਕੇ, ਅਤੇ ਇਹਨੂੰ ਬਿਲਕੁਲ ਜਿਹੜਾ ਵਾ ਨਾ ਮੀਡੀਅਮ ਟੂ ਲੋ ਫਲੇਮ ਦੇ ਉੱਪਰ ਆਪਾਂ ਰੱਖ ਦਿਆਂਗੇ। ਅਤੇ ਦਾਲ ਫਰਾਈ ਜਦੋਂ ਤੁਹਾਡੀ ਡਨ ਹੋਏਗੀ ਤਕਰੀਬਨ 97-98% ਤੱਕ ਗਲੀ ਹੋਣੀ ਚਾਹੀਦੀ ਆ, ਅਤੇ ਬਾਕੀ ਦੇ ਜਿਹੜਾ ਥੋੜ੍ਹਾ ਜ਼ਿਆਦਾ ਨਾ ਜਿਹੜਾ 2-3% ਆ ਉਹ ਗਲੀ ਨਹੀਂ ਹੋਣੀ ਚਾਹੀਦੀ। ਅਤੇ ਫਿਰ ਬਹੁਤ ਹੀ ਮਜ਼ੇ ਦੀ ਅਤੇ ਜ਼ਬਰਦਸਤ ਜੀ ਤੁਹਾਡੀ ਦਾਲ ਬਣੇਗੀ। ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਪਿਆਜ਼ ਦੇ ਨਾਲ ਵੀ ਬਣਾ ਸਕਦੇ ਹੋ, ਲੇਕਿਨ ਮੈਂ ਇਹਨੂੰ ਪਿਆਜ਼ ਦੇ ਨਾਲ ਨਹੀਂ ਬਣਾਇਆ। ਦਾਲ ਮਾਸ਼ ਫਰਾਈ ਜਿਹੜੀ ਆ ਉਹ ਇਸੇ ਤਰੀਕੇ ਨਾਲ ਢਾਬਿਆਂ 'ਤੇ ਬਣਦੀ ਹੈ। ਅਤੇ ਦੇਖੋ ਮਾਸ਼ਾਅੱਲਾ ਜ਼ਬਰਦਸਤ ਜੀ ਫਾਈਨਲ ਲੁੱਕ, ਬਹੁਤ ਹੀ ਜ਼ਬਰਦਸਤ ਜੀ ਖੁਸ਼ਬੂ ਆ ਰਹੀ ਆ। ਹਜੇ ਇਹਦੇ ਵਿੱਚ ਆਪਾਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਹੋਰ ਸ਼ਾਮਿਲ ਕਰਨੀਆਂ ਵਾ। ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਅਤੇ ਇਹਨੂੰ ਸ਼ੇਅਰ ਵੀ ਕਰ ਦਿਓ। ਇਹ ਹੁਣ ਆਪਾਂ ਗਰਮ ਮਸਾਲਾ ਸ਼ਾਮਿਲ ਕਰ ਦਾਂਗੇ। ਗਰਮ ਮਸਾਲਾ ਸ਼ਾਮਿਲ ਕਰਨ ਤੋਂ ਬਾਅਦ ਇਹਦੇ ਵਿੱਚ ਸਬਜ਼ ਮਿਰਚਾਂ ਸ਼ਾਮਿਲ ਕਰਾਂਗੇ। ਸਬਜ਼ ਮਿਰਚਾਂ ਤੁਸੀਂ ਚੈੱਕ ਕਰ ਲੈਣੀਆਂ ਵਾ ਕੱਟ ਲਾ ਕੇ ਕਿ ਇਹ ਵਿੱਚੋਂ ਗਲੇ ਉਹਨਾਂ ਦੇ ਵਿੱਚ ਸੁੰਡੀ ਵਗੈਰਾ ਨਾ ਹੋਵੇ। ਅਤੇ ਮਿਰਚਾਂ ਨੂੰ ਆਪਾਂ ਸ਼ਾਮਿਲ ਕਰ ਦਿਆਂਗੇ ਅਤੇ ਥੋੜ੍ਹੀ ਦੇਰ ਵਾਸਤੇ ਲਿਡ ਲਾ ਦਿਆਂਗੇ ਤਾਂ ਕਿ ਸਾਰਾ ਜਿਹੜਾ ਨਾ ਗਰਮ ਮਸਾਲੇ ਦਾ ਅਤੇ ਮਿਰਚਾਂ ਦਾ ਟੇਸਟ ਵੀ ਦਾਲ ਦੇ ਵਿੱਚ ਚਲਾ ਜਾਵੇ। ਅਤੇ ਹੁਣ ਇਹਨੂੰ ਆਪਾਂ ਡਿਸ਼ ਆਊਟ ਕਰਾਂਗੇ। ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਜੀ ਦਾਲ ਆਪਣੀ ਤਿਆਰ ਹੋ ਗਈ ਆ। ਮਾਸ਼ਾਅੱਲਾ ਦਾਲ ਨੂੰ ਮੈਂ ਜਦੋਂ ਬਰਤਨ ਦੇ ਵਿੱਚ ਪਾ ਰਹੀ ਹਾਂ ਤੁਹਾਨੂੰ ਪਤਾ ਚੱਲ ਰਿਹਾ ਹੋਏਗਾ ਕਿ ਦੇਖੋ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਗੀ ਕਿ ਬਿਲਕੁਲ ਗਲੀ ਹੋਈ ਜਾਂ ਬਿਲਕੁਲ ਆਪਸ ਦੇ ਵਿੱਚ ਚਿਪਕੀ ਹੋਈ ਦਾਲ ਨਹੀਂ ਗੀ। ਖੜੀ ਖੜੀ ਦਾਲ ਮਾਸ਼ ਫਰਾਈ ਆਪਣੀ ਤਿਆਰ ਆ।
ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਜੇ, ਅਤੇ ਇਹਨੂੰ ਸ਼ੇਅਰ ਕਰਿਆ ਜੇ, ਮੇਰੇ ਬਾਕੀ ਦੇ ਚੈਨਲ ਦਾ ਵਿਜ਼ਿਟ ਕਰੋ, ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਣ, ਜ਼ਰੂਰ ਉਹਨਾਂ ਨੂੰ ਲਾਈਕ ਕਰੋ ਅਤੇ ਆਪਣੇ ਫੈਮਿਲੀ ਦੇ ਫਰੈਂਡਸ ਦੇ ਵਿੱਚ ਸ਼ੇਅਰ ਵੀ ਕਰੋ। ਲਾਸਟ 'ਤੇ ਆਪਾਂ ਬਾਰੀਕ ਕੱਟੀ ਹੋਈ ਅਦਰਕ ਜਿਹੜੀ ਆ ਉਹਦੇ ਨਾਲ ਗਾਰਨਿਸ਼ ਕਰਾਂਗੇ, ਅਤੇ ਜੇ ਪਸੰਦ ਕੀਤਾ ਜਾਂਦਾ ਵਾ ਤੁਹਾਡੇ ਘਰ 'ਚ ਦਾਲ ਦੇ ਵਿੱਚ ਧਨੀਆ, ਅਤੇ ਸਬਜ਼ ਧਨੀਆ ਵੀ ਜ਼ਰੂਰ ਇਹਦੇ ਉੱਪਰ ਥੋੜ੍ਹਾ ਜਿਹਾ ਸਪ੍ਰਿੰਕਲ ਕਰ ਲਓ ਤਾਂ ਕਿ ਲੁੱਕ ਵਾਈਜ਼ ਵੀ ਥੋੜ੍ਹਾ ਜਿਹਾ ਅੱਛਾ ਲੱਗੇ। ਮਾਸ਼ਾਅੱਲਾ ਮਾਸ਼ਾਅੱਲਾ ਕਿੰਨੀ ਜ਼ਬਰਦਸਤ ਲੱਗ ਰਹੀ ਆ। ਜੇ ਤੁਹਾਨੂੰ ਰੈਸਪੀ ਪਸੰਦ ਆਈ ਹੈ ਤਾਂ ਜ਼ਰੂਰ ਇਹਨੂੰ ਲਾਈਕ ਕਰਿਆ ਜੇ, ਆਪਣੀ ਫੈਮਿਲੀ ਦੇ ਫਰੈਂਡਸ ਦੇ ਵਿੱਚ ਸ਼ੇਅਰ ਕਰਿਆ ਜੇ, ਮੇਰੇ ਬਾਕੀ ਦੇ ਚੈਨਲ ਦਾ ਵੀ ਵਿਜ਼ਿਟ ਕਰੋ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ 'ਚ, ਉਦੋਂ ਤੱਕ ਲਈ ਅੱਲਾ ਹਾਫਿਜ਼।